ਕਈ ਵਾਰ ਤੁਹਾਨੂੰ ਮਨਾ ਕੀਤਾ ਹੈ ਰਾਤ ਦੇ ਸਮੇਂ ਉਸ ਲਾਲ ਪਹਾੜ ਤੇ ਨਹੀਂ ਜਾਣਾ ਹੈ ਉਹ ਪਹਾੜ ਨਹੀਂ ਮੌਤ ਦੀ ਵਾਟੀ ਹੈ ਤੂੰ ਤਾਂ ਸਾਰਾ ਦਿਨ ਖੇਡ ਦਿਖਾਉਂਦਾ ਰਹਿੰਦਾ ਹੈ ਪੜ੍ਹਾਈ ਕਦੋਂ ਕਰਦਾ ਹੈ ਤੁਸੀਂ ਦੇਖਿਓ ਬਾਪੂ ਜੀ ਮੈਂ ਤੁਹਾਡੇ ਨਾਲੋਂ ਵੀ ਚੰਗਾ ਖੇਡ ਦਿਖਾਵਾਂਗਾ ਤੂੰ ਇੰਨੀ ਰਾਤ ਨੂੰ ਕੀ ਕਰਨ ਆਇਆ ਏ ਕੀ ਕਿਹਾ ਤੂੰ ਕੀ ਮੈਨੂੰ ਏਦਾਂ ਦਾ ਕੋਈ ਮੁੰਡਾ ਸਮਝਦੀ ਏ ਜੇ ਮਨ ਵਿੱਚ ਜੋਸ਼ ਹੈ ਤਾਂ 100 ਦਿਨਾਂ ਦਾ ਕੰਮ ਵੀ 10 ਦਿਨਾਂ ਚ ਕੀਤਾ ਜਾ ਸਕਦਾ ਹੈ ਇਸ ਲਈ ਮੈਂ ਤੁਹਾਨੂੰ ਇਹ ਗੱਲ ਦੱਸ ਦਿੰਦਾ ਹਾਂ ਉਸ ਲਾਲ ਪਹਾੜ ਤੇ ਕੋਈ ਵੀ ਨਹੀਂ ਜਾਵੇਗਾ ਗਾਂਜੇ ਤੇ ਨਸ਼ੇ ਦੀ ਡਿਮਾਂਡ ਦਿੱਲੀ ਚ ਬਹੁਤ ਹੈ ਮੈਂ ਤੁਹਾਨੂੰ ਇੱਕ ਵਾਰ ਮਨਾ ਕੀਤਾ ਹੈ ਨਾ ਇਹ ਸਾਰੇ ਕੰਮ ਤੁਸੀਂ ਇੱਥੇ ਨਹੀਂ ਕਰ ਸਕਦੇ ਇਹ ਤਾਂ ਲਾਲ ਪਹਾੜੀ ਦੀ ਕੁੜੀ ਹੈ ਨਾ ਇਹਨਾਂ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਸਿੱਬੂ ਇਹਨਾਂ ਲੋਕਾਂ ਨੂੰ ਛੱਡੀ ਨਾ ਇਹੀ ਮੁੰਡਾ ਜਿਹੜਾ ਖੇਡ ਦਿਖਾਉਂਦਾ ਨਾ ਹੁਣ ਉੱਚੀ ਜਾਤੀ ਦੀ ਕੁੜੀ ਤੋਂ ਹੀ ਵਿਆਹ ਕਰੂਗਾ ਕੁਛ ਕੁਛ ਹੋ ਰਿਹਾ ਹੈ ਨਾ ਹਾਂ